ਤੇ ਜਦੋਂ ਉਹ ਆਪਦਾ ਪਰਮਿਸ਼ਨ ਕਲੀਅਰ ਕਰਨਗੇ ਤਾਂ ਉਹਨਾਂ ਦੀ ਜਿਹੜੀ ਤਨਖਾਹ ਲਗਭਗ 24-25,000 ਜਿਹੜੀ ਉਹ ਬਣਨੀ ਆ। ਮਤਲਬ ਕਿ ਇਹਨਾਂ ਨੇ ਸਾਡੀ ਮੰਗ ਇਹ ਆ ਵੀ ਤੁਸੀਂ ਜਾਂ ਤਾਂ ਸਾਨੂੰ ਪੂਰੀ ਤਰ੍ਹਾਂ ਸੈਂਟਰ ਦੇ ਅਧੀਨ ਕਰ ਦਿਓ, ਇਹ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਵੀ ਜੇਕਰ ਇਹਨਾਂ 'ਤੇ ਪੂਰੀ ਤਰ੍ਹਾਂ ਸੈਂਟਰ ਦਾ ਪੇ ਸਕੇਲ ਲਾਤਾ ਤਾਂ ਤਨਖਾਹ ਇਹਨਾਂ ਦੀ ਵੱਧ ਜੂਗੀ ਅਤੇ ਵੀ ਅਸੀਂ ਫਿਰ ਕਿਵੇਂ ਮੈਨੇਜ ਕਰਾਂਗੇ। ਮਤਲਬ ਇਹਨਾਂ ਨੇ ਇੱਕ ਰਾਹ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇੱਕ ਰਾਹ ਲੱਭਿਆ ਸੀਗਾ ਪੀਪਾ ਮੰਤਰੀ ਨੇ ਕਿ ਇਹਨਾਂ ਦੇ ਉੱਪਰ ਕੱਟ ਆ ਜਿਹੜਾ ਇਸ ਤਰੀਕੇ ਨਾਲ ਲਾਓ, ਕਿਉਂਕਿ ਜਿਹੜੇ ਪੁਰਾਣੇ ਮੁਲਾਜ਼ਮ ਆ ਉਹਨਾਂ ਨੂੰ ਤਾਂ ਇਹ ਨਹੀਂ ਛੇੜ ਸਕਦੇ ਤਨਖਾਹਾਂ, ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਵੀ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਲੱਖ ਲੱਖ ਰੁਪਈਆ, ਪਰ ਸੱਚਾਈ ਨਹੀਂ ਹੈਗੀ। ਸਿਹਤ ਦੇ ਵਿੱਚ ਚਾਹੇ ਆਪਣੇ ਪੁਲਿਸ ਵਾਲੇ ਵੀਰ ਨੇ ਜਦੋਂ ਉਹ ਭਰਤੀ ਹੁੰਦੇ ਨੇ ਉਹਨਾਂ ਦੀ 18-19,000 ਤੋਂ ਜਿਹੜੀ ਸੈਲਰੀ ਸ਼ੁਰੂ ਹੁੰਦੀ ਆ, ਤਾਂ ਇਸ ਕਰਕੇ ਇਹ ਇਹਨਾਂ ਨੇ ਕੱਟ ਮਾਰਨ ਦਾ ਜਿਹੜਾ ਤਰੀਕਾ ਉਹ ਲੱਭਿਆ। ਤੁਹਾਨੂੰ ਜੀ 3 ਸਾਲ ਪ੍ਰੋਵੇਸ਼ਨ ਆ ਜਿਹੜਾ ਤੁਹਾਡਾ ਚੱਲੂਗਾ ਅਤੇ ਤੁਹਾਨੂੰ ਸਿਰਫ 10-300 ਮਿਲਣੀ ਆ। ਮਤਲਬ ਉਹਨਾਂ ਨੇ 3 ਸਾਲ ਦੇ ਲਈ ਮਤਲਬ ਕਿ ਇੱਕ ਤਰੀਕਾ ਲੱਭਿਆ ਵੀ ਕਿਵੇਂ ਮੁਲਾਜ਼ਮਾਂ ਦੀ ਤਨਖਾਹ 'ਤੇ ਕੱਟ ਆ ਜਿਹੜਾ ਲਾਇਆ ਜਾਊ। ਹੁਣ ਪ੍ਰੋਵੇਸ਼ਨ ਦੇਖੋ, ਹੁਣ ਅਸੀਂ ਅਧਿਆਪਕ ਆ, 3-3-4-4 ਟੈਸਟ ਅਸੀਂ ਕਲੀਅਰ ਕਰ, ਕੋਈ ਵੀ ਪੰਜਾਬ ਦੇ ਵਿੱਚ ਹੁਣ ਭਰਤੀ ਹੁੰਦੀ ਆ ਮੈਰਿਟ ਦੇ ਆਧਾਰ 'ਤੇ ਹੁੰਦੀ ਆ, ਠੀਕ ਹੈ ਜੀ। ਤਾਂ ਪ੍ਰੋਵੇਸ਼ਨ ਤਾਂ ਪਹਿਲੀ ਗੱਲ ਚਲੋ ਮਤਲਬ ਨਹੀਂ ਰਿਹਾ, ਚਲੋ ਠੀਕ ਆ ਤੁਸੀਂ ਪ੍ਰੋਵੇਸ਼ਨ ਲਾਓ ਜੀ, ਸਦਕੇ ਲਾਓ, ਪਰ ਉਹਦੇ ਵਿੱਚ ਤਨਖਾਹ ਤਾਂ ਕੋਈ ਲੈਣਾ ਦੇਣਾ ਨਹੀਂ, ਤੁਸੀਂ ਤਨਖਾਹ ਤਾਂ ਜਿਹੜੀ ਬਣਦੀ ਦਿਓ। ਹੁਣ ਤੁਸੀਂ ਗੱਲ ਕੀਤੀ ਆ ਵੀ ਉਦੋਂ 10-300 ਸੀਗੀ ਅਤੇ ਹੁਣ 35-400 ਆ, ਪਰ ਜਦੋਂ ਅਸੀਂ ਇਹਨੂੰ ਡੂੰਘਾਈ ਦੇ ਵਿੱਚ ਦੇਖਦੇ ਹਾਂ ਵੀ ਠੀਕ ਆ ਉਦੋਂ 10-300 ਸੀਗੀ ਹੁਣ 35-400 ਆ, ਪਰ ਜਦੋਂ ਪ੍ਰੋਵੇਸ਼ਨ ਕਲੀਅਰ ਹੁੰਦਾ ਤਾਂ ਜਿਹੜਾ ਹੁਣ ਮੁਲਾਜ਼ਮ ਜਿਹੜਾ ਭਰਤੀ ਹੁੰਦਾ ਅਤੇ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ 10-300 ਲੈਂਦਾ ਸੀ ਉਹਦੇ ਨਾਲ ਘੱਟੋ ਘੱਟ 15-20,000 ਰੁਪਏ ਦਾ ਜਿਹੜਾ ਫਰਕ ਆ ਇੱਕ ਮਹੀਨੇ ਦਾ ਪੈ ਰਿਹਾ ਹੈਗਾ, ਕਿਉਂਕਿ ਇਹ ਉਦੋਂ ਦਾ ਜਿਹੜਾ ਵਿੱਤ ਮੰਤਰੀ ਸੀਗਾ ਅਫਸਰ ਸ਼ਾਹੀ ਨਾਲ ਮਿਲ ਕੇ ਇੱਕ ਇਹੀ ਇਹਨਾਂ ਨੇ ਤਰੀਕਾ ਲੱਭਿਆ ਸੀ ਵੀ ਕੋਈ ਨਹੀਂ ਇਹਨਾਂ ਨੂੰ ਇੱਕ ਵਾਰੀ 35-400 ਜਿਹੜਾ ਹੈਗਾ ਜਿਹੜੇ ਮੰਨ ਲਓ ਸਿੱਖਿਆ ਦੇ ਵਿੱਚ ਨੇ ਉਹਨਾਂ ਦਾ 35-400 ਆ ਅਤੇ ਜਿਹੜੇ ਹੋਰ ਮੁਲਾਜ਼ਮ ਨੇ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਉਹ ਆਪਣੇ ਸਿਹਤ ਨਾਲ ਸੰਬੰਧਿਤ ਨੇ ਉਹਨਾਂ ਨੇ ਤਾਂ ਸਿਰਫ 19 ਲਗਭਗ 19,000 ਦੇ ਲਗਭਗ ਬੇਸਿਕ ਜਿਹੜੀ ਪੇ ਆ ਉਹ ਦਿੰਦੇ ਆ। ਮਤਲਬ ਇੱਕ ਵਾਰੀ ਵੀ ਹਾਂ ਮੁਲਾਜ਼ਮ ਖੁਸ਼ ਹੋ ਜੂਗਾ ਵੀ ਸਾਨੂੰ ਬੜੀ ਮਿਲਦੀ ਆ, ਪਰ ਜਦੋਂ ਅਗਾਂਹ ਜਾ ਕੇ ਜਦੋਂ ਪ੍ਰੋਵੀਸ਼ਨ ਕਲੀਅਰ ਹੁੰਦਾ ਤਾਂ ਉਹ 15-18,000 ਦੇ ਵਿੱਚ ਉਹ ਲੋਸ ਦੇ ਵਿੱਚ ਜਾਂਦਾ। ਅਸੀਂ ਸਾਡੀ ਇਹੀ ਮੰਗ ਹੈ, ਪਹਿਲੀ ਗੱਲ ਤਾਂ ਚਲੋ ਅਸੀਂ ਇਹੀ ਕਿਹਾ ਵੀ ਸਾਡਾ ਪੰਜਾਬ ਪੇ ਸਕੇਲ ਆ ਜਿਹੜਾ ਬਹਾਲ ਕਰੋ ਜੋ ਸਾਡੇ ਪਹਿਲਾਂ ਚੱਲਦਾ ਸੀਗਾ, ਨਹੀਂ ਇਹ ਮੰਨਦੇ ਤਾਂ ਫਿਰ ਪੂਰਾ ਸੈਂਟਰ ਦਾ ਲਾਓ, ਦੋਹਰਾ ਮਾਪਦੰਡ ਤਾਂ ਨਾ ਲੈ ਕੇ ਚੱਲੋ, ਇਹ ਤਾਂ ਦੋਹਰਾ ਮਾਪਦੰਡ ਹੀ ਹੋ ਗਿਆ ਨਾ। ਇਹ ਤਾਂ ਇੱਕ ਤਰੀਕਾ ਲੱਭਿਆ ਗਾ ਵੀ ਅਸੀਂ ਕਿਸ ਤਰੀਕੇ ਨਾਲ ਇਹਨਾਂ ਤਨਖਾਹ ਕੱਟ ਕਰੀਏ। ਹੁਣ ਗੱਲ ਚੱਲਦੀ ਆ ਵੀ ਜਦੋਂ ਉਦੋਂ ਸਾਡੇ ਤੇ ਲਾਗੂ ਹੋਏ ਨੇ ਮੁਲਾਜ਼ਮਾਂ ਦੇ ਉੱਪਰ, ਤਾਂ ਉਸ ਸਮੇਂ ਜਿਹੜੇ ਅੱਜ ਦੇ ਮੌਜੂਦਾ ਸਿੱਖਿਆ ਆਪਣੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੀ, ਅਮਨ ਅਰੋੜਾ ਜੀ, ਇਹਨਾਂ ਨੇ ਸਭ ਤੋਂ ਵੱਧ ਰੌਲਾ ਪਾਇਆ ਵੀ ਇਹ ਤਾਂ ਬਹੁਤ ਹੀ ਧੱਕਾ ਹੋ ਗਿਆ। ਸਾਡੀ ਸਰਕਾਰ ਬਣਨ ਸਾਰ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਪੰਜਾਬ ਪੇ ਸਕੇਲ ਬਹਾਲ ਕਰ ਦਾਂਗੇ, ਤਾਂ ਤੁਸੀਂ ਦੇਖ ਲਓ ਵੀ ਅੱਜ ਲਗਭਗ 2.5 ਸਾਲ ਹੋ ਗਏ ਨੇ ਸਿੱਧੇ ਮੂੰਹ ਗੱਲ ਕਰਨ ਨੂੰ ਤਿਆਰ ਨਹੀਂ, ਅਤੇ ਅੱਜ ਤੁਸੀਂ ਦੇਖ ਲਓ ਵੀ ਜਲੰਧਰ ਆ ਜਿਹੜਾ ਮੈਨੂੰ ਲੱਗਦਾ ਵੀ ਇੱਥੇ ਜਿਮਨੀ ਚੋਣਾਂ, ਮੈਨੂੰ ਲੱਗਦਾ ਇੱਥੇ ਜੁਨੀਅਰ ਦੀ ਚੋਣ ਚੱਲ ਰਹੀ ਆ, ਇੰਨੀਆਂ ਜ਼ਿਆਦਾ ਜਥੇਬੰਦੀਆਂ ਅੱਜ ਜਲੰਧਰ ਦੇ ਵਿੱਚ, ਤੁਸੀਂ ਕਿਹੜੇ ਮਰਜ਼ੀ ਰੋਡ 'ਤੇ ਚਲੇ ਜਾਓ, ਹਰੇਕ ਥਾਂ 'ਤੇ ਜਿਹੜਾ ਬਲੋਕ ਹੈ ਬਲੋਕੇ ਜਾਂ ਜਿਹੜੀ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਮਤਲਬ ਸਰਕਾਰ ਨੂੰ ਇਸ ਵੱਲ ਥੋੜ੍ਹਾ ਗੌਰ ਕਰਨ ਦੀ ਜ਼ਰੂਰਤ।